ਸ੍ਰੀਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਪਿੰਡ ਖੋਖਰ ਕਲਾਂ ਕਿਸਾਨ ਵੀਰ ਦਰਸ਼ਨ ਸਿੰਘ ਉਹਨਾਂ ਦੇ ਖੇਤ ਦੇ ਵਿੱਚ ਫੋਰ ਇੰਜਨ ਕੰਪਨੀ ਵੱਲੋਂ ਜਮਾਰ ਦੇਖਣ ਵਾਸਤੇ ਆਏ ਹੋਏ ਹੈ। ਫੋਰ ਇੰਜਨ ਕੰਪਨੀ ਦੀ ਸਪਰਿੰਟ ਗੋਲਡ ਜਮਾਰ ਹੈ। ਬਾਈ ਜੀ ਨਾਲ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਆਪਾਂ ਨੂੰ ਇਸ ਜਮਾਰ ਦਾ ਰਿਸਪੋਂਸ ਮਿਲਿਆ, ਕਿਸ ਤਰ੍ਹਾਂ ਪਸ਼ੂ ਖਾ ਰਹੇ ਹੈ, ਹੋਰ ਵਰਾਇਟੀਆਂ ਜਮਾਰ ਨਾਲੋਂ ਇਸ ਜਮਾਰ ਦਾ ਕੀ ਫਰਕ ਹੈ, ਉਹਦੇ ਸੰਬੰਧੀ ਆਪਾਂ ਅੱਜ ਵੀਰ ਜੀ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ। ਅੱਜ ਆਪਾਂ ਜਿਹੜੀ ਇਹ ਜਮਾਰ ਬੀਜੀ ਹੋਈ ਹੈ, ਕਿੰਨੀ ਬੀਜੀ ਹੈ ਜੀ? ਇਹ 3-3.5 ਕਨਾਲਾਂ ਬੀਜੀ ਸੀ ਜੀ। 3-3.5 ਕਨਾਲਾਂ ਜਮਾਰ ਦੀਆਂ ਹੈਗੀਆਂ ਜੀ। ਇਹ ਕਿਹੜੀ ਜਮਾਰ ਹੈ ਜੀ? ਇਹ ਸਪਰਿੰਟ ਗੋਲਡ ਜੀ, ਫੋਰ ਇੰਜਨ ਕੰਪਨੀ ਦੀ ਸਪਰਿੰਟ ਗੋਲਡ ਜਮਾਰ ਵੀਰ ਜੀ ਨੇ ਬੀਜੀ ਹੋਈ ਹੈ। ਇਹ ਜਮਾਰ ਦਾ ਪਲਾਟ ਤੁਹਾਡੇ ਸਾਹਮਣੇ ਹੈ, ਇਹ ਪੌਦੇ ਹੈ ਜਮਾਰ ਦੇ ਸਪਰਿੰਟ ਗੋਲਡ ਦੇ ਜੀ। ਵੀਰ ਜੀ ਕਿੰਨੀ ਜਮਾਰ ਬੀਜੀ ਹੈ ਇਹ? 3-3.5 ਕਨਾਲਾਂ ਵੀਰ ਜੀ ਨੇ ਸਪਰਿੰਟ ਗੋਲਡ ਜਮਾਰ ਦੀਆਂ ਬੀਜੀਆਂ। ਇਹਦਾ ਆਮ ਜਮਾਰਾਂ ਨਾਲੋਂ ਵੀਰ ਜੀ ਕੀ ਫਰਕ ਲੱਗ ਰਿਹਾ? ਇਹ ਜੀ ਇੱਕ ਤਾਂ ਵੱਢਣ 'ਚ ਵਧੀਆ ਪੋਲੀ ਹੈ, ਪਸ਼ੂ ਵਧੀਆ ਖਾਂਦੇ ਨੇ, ਪੱਤਾ ਚੌੜਾ ਜੀ, ਇਹਦਾ ਮੱਖ ਦੀ ਤਰ੍ਹਾਂ ਕੱਚੀ ਰਹਿੰਦੀ ਹੈ, ਹਾਈਟ ਬਹੁਤ ਜ਼ਿਆਦਾ ਹੈ ਜੀ। ਵੀਰ ਜੀ ਦਾ ਕਹਿਣਾ ਜਮਾਰ ਪੋਲੀ ਹੈ, ਪਸ਼ੂ ਚੰਗੀ ਤਰ੍ਹਾਂ ਖਾ ਰਹੇ ਹੈ, ਪੱਤਾ ਚੌੜਾ, ਅਤੇ ਇਹ ਟਾਂਡਾ ਤੁਹਾਡੇ ਬਿਲਕੁਲ ਸਾਹਮਣੇ ਹੈ, ਕੱਚੀ ਹੈ ਜੀ ਬਿਲਕੁਲ। ਆਮ ਜਮਾਰਾਂ ਕੀ ਹੁੰਦੀਆਂ, ਬਾਂਸ ਬਣ ਜਾਂਦੀਆਂ ਜੀ, ਇਹ ਬਿਲਕੁਲ ਜਮਾਰ ਪੋਲੀ ਹੈ। ਇਹ ਬਾਈ ਦਰਸ਼ਨ ਸਿੰਘ ਦਾ ਕਹਿਣਾ ਹੈਗਾ ਪੱਤਾ ਜਮਾਰ ਦਾ ਚੌੜਾ ਹੈਗਾ। ਕਿੰਨਾ ਟਾਈਮ ਹੋ ਗਿਆ ਵੀਰ ਜੀ ਇਹਨੂੰ ਬੀਜੀ ਨੂੰ? ਇਹਨੂੰ ਲਗਭਗ ਜੀ 50-55 ਦਿਨ ਹੋ ਗਏ ਜੀ। 50-55 ਦਿਨ ਦੀ ਜਮਾਰ ਹੈਗੀ ਹੈ। ਕੱਦ ਕਿੰਨਾ ਹੋਊ ਜੀ ਇਹਦਾ? ਕੱਦ ਹੋਊ ਜੀ 11-12 ਦੇ ਕਰੀਬ। 10-11 ਫੁੱਟ ਦੇ ਕਰੀਬ ਇਹਦਾ ਹਾਈਟ ਹੈਗੀ ਹੈ। 50-55 ਦਿਨ ਦੀ ਜਮਾਰ ਹੈ, ਹਜੇ ਕਿਤੇ ਕੋਈ ਛਿੱਟਾ ਨਹੀਂ ਆਇਆ, ਹੋਰ ਵੀ ਇਹਨੇ ਹਾਈਟ ਲੈਣੀ ਹੈ ਜਮਾਰ ਨੇ। ਵੀਰ ਜੀ ਤੁਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੂੰ, ਆਂਢੀ ਗੁਆਂਢੀਆਂ ਨੂੰ ਇਸ ਜਮਾਰ ਸੰਬੰਧੀ ਕੀ ਕਹਿਣਾ ਚਾਹੋਗੇ? ਤਾਂ ਇਹ ਕਹਿੰਦੇ ਵੀ ਪਸ਼ੂ ਚੰਗੀ ਤਰ੍ਹਾਂ ਖਾਂਦੇ ਨੇ, ਵਧੀਆ ਪੋਲੀ ਆ, ਮੱਕ ਦੀ ਤਰ੍ਹਾਂ ਗੀ ਜਵਾਰ ਹੈਗੀ, ਵੀ ਵੱਧ ਤੋਂ ਵੱਧ ਇਹੀ ਜਵਾਰ ਸਪਰਿੰਟ ਗੋਲਡ ਬੀਜਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਪਸ਼ੂਆਂ ਲਈ ਲਾਭਦਾਇਕ ਹੈ ਜੀ, ਪਸ਼ੂਆਂ ਲਈ ਲਾਭਦਾਇਕ ਹੈ, ਪਸ਼ੂ ਚੰਗੀ ਤਰ੍ਹਾਂ ਖਾ ਰਹੇ ਆ ਜਮਾਰ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਇਹ ਹੈ ਵੀ ਆਪਾਂ ਫੋਰ ਇੰਜਨ ਕੰਪਨੀ ਦੀ ਸਪਰਿੰਟ ਗੋਲਡ ਜਮਾਰ ਵੱਧ ਤੋਂ ਵੱਧ ਬੀਜੀਏ। ਆਮ ਜਮਾਰਾਂ ਆਪਾਂ ਬੀਜਦੇ ਹਾਂ, ਬਾਸ ਬਣ ਜਾਂਦੀਆਂ, ਅੱਧੇ ਪਸ਼ੂ ਖਾਂਦੇ ਆ, ਅੱਧੀਆਂ ਖੁਰਲੀ ਅੱਧੀਆਂ ਰੂੜੀ 'ਤੇ ਆਪਾਂ ਨੂੰ ਛੱਡਣੀਆਂ ਪੈਂਦੀਆਂ ਜੀ। ਇਸ ਜਮਾਰ ਦਾ ਇਹਨੂੰ ਕੋਈ ਡੱਕਰਾ ਨਹੀਂ ਛੱਡਦਾ ਜੀ, ਸਾਫ਼ ਕਰਨ ਬਿਲਕੁਲ ਪੋਲੀ ਜਮਾਰ ਹੈ ਜੀ। ਇਹਨੂੰ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੱਧ ਤੋਂ ਵੱਧ ਫੋਰ ਇੰਜਨ ਕੰਪਨੀ ਦੀ ਸਪਰਿੰਟ ਗੋਲਡ ਜਮਾਰ ਆਪਾਂ ਬੀਜੋ। ਸਾਰੇ ਕਿਸਾਨ ਵੀਰਾਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕਰਦੇ ਹਾਂ ਆਪਾਂ। ਅੱਜ ਵੀਰ ਜੀ ਆਪਣੇ ਕਿਸਾਨ ਵੀਰਾਂ ਵਾਸਤੇ ਆਪਾਂ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਜੀ। ਮੇਰਾ ਨਾਮ ਦਰਸ਼ਨ ਸਿੰਘ ਜੀ, ਸਾਰੰਭ ਗੁਰਦੇਵ ਸਿੰਘ, ਪਿੰਡ ਖੋਖਰ ਕਲਾਂ, ਮੋਬਾਈਲ ਨੰਬਰ 9870-86-6874 ਜੀ। ਬਾਈ ਦਾ ਨਾਮ ਦਰਸ਼ਨ ਸਿੰਘ, ਸਨੋਖ ਗੁਰਦੇਵ ਸਿੰਘ, ਪਿੰਡ ਖੋਖਰ ਕਲਾਂ, ਤਹਿਸੀਲ ਅਤੇ ਜ਼ਿਲ੍ਹਾ ਮਾਨਸਾ। ਬਾਈ ਜੀ ਦਾ ਮੋਬਾਈਲ ਨੰਬਰ ਹੈਗਾ 9870-86-6874। ਜੇ ਕਿਸੇ ਕਿਸਾਨ ਵੀਰ ਨੇ ਬਾਈ ਜੀ ਨਾਲ ਸੰਪਰਕ ਕਰਨਾ, ਜਮਾਰ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ, ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਧੰਨਵਾਦ ਵੀਰ ਜੀ ਦਾ। ਫੋਰ ਇੰਜਨ ਚਾਰਾ ਬੀਜ, ਦੁੱਧ ਕੀ ਪੈਦਾਵਾਰ ਬੜਾਏ, ਪਸ਼ੂ ਧਨ ਕੋ ਸਵਸਥ ਰੱਖੇ। ਦੁਨੀਆ ਬਦਲ ਰਹੀ ਹੈ, ਚਾਰਾ ਬੀਜ ਵੀ ਬਦਲੋ।